ਰਾਜਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਹਰਵੰਸ ਕੌਰ ਦੂਲੋ ਤੋਂ ਬਾਅਦ ਉਨ੍ਹਾਂ ਦੇ ਲੜਕੇ ਵਨਦੀਪ ਸਿੰਘ ਬੰਨੀ ਦੂਲੋ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਜੋ ਪਾਰਟੀ ਦੀ ਟਿਕਟ ਤੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨਗੇ। ਪਾਰਟੀ ਸ਼ਾਮਲ ਹੋ ਗਏ, ਤੁਸੀਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਰੁੱਧ ਬੜੇ ਸ਼ਬਦੀ ਹਮਲੇ ਵੀ ਕਰਦੇ ਰਹੇ ਹੋ, ਹੁਣ ਕਿਵੇਂ ਦੇਖਦੇ ਹੋ ਉਸ ਪਾਰਟੀ 'ਚ ਕਿਹੜੀ ਇਹੋ ਜਿਹੀ ਚੀਜ਼ ਚੰਗੀ ਲੱਗੀ? ਦੇਖੋ ਸ਼ਬਦੀ ਹਮਲਿਆਂ ਦਾ ਮੈਨੂੰ ਲੱਗਦਾ ਹੈਗਾ ਕਿ ਵੀ ਤੁਸੀਂ ਹੋਰ ਤਰੀਕੇ ਨਾਲ ਮੈਨੂੰ ਕੁਐਸਚਨ ਪੁੱਟ ਕਰਤਾ। ਪਹਿਲਾਂ ਮੈਂ ਤੁਹਾਨੂੰ ਸਵਾਲ ਦਾ ਜਵਾਬ ਦੇ ਦਿੰਦਾ ਹੈਗਾ ਕਿ ਮੈਂ ਕਿਉਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਜੋ ਸਾਡੇ ਮੁੱਖ ਮੰਤਰੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਤਾ ਨਹੀਂ ਸਾਡੇ ਨਾਲ ਕੀ ਨਿੱਜੀ ਉਹਨਾਂ ਦੇ ਨਾਲ ਸਾਡੀ ਕੀ ਨਿੱਜੀ ਉਹਨਾਂ ਦੀ ਦੁਸ਼ਮਣੀ ਹੈ ਕਿ ਵੀ ਹਰ ਇੱਕ ਬੰਦਾ ਜੋ ਪਾਰਟੀ ਦੇ ਵਿੱਚ ਪਿਛਲੇ 30 ਸਾਲ ਦਾ 35 ਸਾਲ ਦਾ ਜਾਂ 50 ਸਾਲ ਦਾ ਕੰਮ ਕਰ ਰਿਹਾ ਉਹ ਤਾਂ ਉਹਨਾਂ ਦੀ ਫੈਮਿਲੀ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈਗਾ। ਅਸੀਂ ਕਾਂਗਰਸ ਪਾਰਟੀ ਦਾ ਕਲਚਰ ਬਦਲਣਾ ਚਾਹੁੰਦੇ ਸੀਗੇ ਕਿਉਂਕਿ ਰਾਜਾਸ਼ਾਹੀ ਸਰਮਾਏਦਾਰੀ ਦਾ ਕਲਚਰ, ਬਿਜ਼ਨਸਮੈਨ ਦਾ ਕਲਚਰ, ਮਾਫੀਆ ਕਲਚਰ, ਇਹ ਸਾਰਾ ਇੱਕ ਨੈਕਸਸ ਬਣਿਆ ਹੋਇਆ। ਅਸੀਂ ਇਹਦੇ ਵਿੱਚ ਰਹਿ ਕੇ ਬਰਦਾਸ਼ਤ ਨਹੀਂ ਕਰ ਪਾ ਰਹੇ ਸੀਗੇ ਕਿ ਵੀ ਇਹ ਨੈਕਸਸ ਨੂੰ ਕਿਵੇਂ ਤੋੜਿਆ ਜਾਵੇ। ਦੂਲੋ ਸਾਹਿਬ ਨੇ ਕਈ ਬਿਆਨ ਵੀ ਦਿੱਤੇ ਆ, ਮੈਂ ਵੀ ਕਈ ਬਿਆਨ ਦਿੱਤੇ ਨੇ, ਮਗਰ ਮੈਨੂੰ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਦਿਲ ਨੂੰ ਠੇਸ ਪਹੁੰਚ ਰਹੀ ਸੀ ਜੋ ਵੀ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈਗਾ। ਕੀ ਬਣੀ ਜੀ ਤੁਸੀਂ ਜਿਹੜਾ ਸ਼ਮਸ਼ੇਰ ਸਿੰਘ ਦੁੱਲੋ ਵੀ ਤੁਹਾਡੇ ਨਾਲ ਚੱਲਣਗੇ ਤੁਹਾਡੇ ਹੱਕ ਦੇ ਵਿੱਚ ਜਾਂ ਤੁਸੀਂ ਝੋਲ ਰਹੇ? ਦੋ ਪਾਰਟੀਆਂ ਹੋ ਗਈਆਂ, ਤੁਹਾਡੇ ਫਾਦਰ ਸਾਹਿਬ ਤੁਹਾਡੇ ਲਈ ਪ੍ਰਚਾਰ ਕਰਨਗੇ ਜੀ? ਨਹੀਂ, ਦੋ ਪਾਰਟੀਆਂ ਇੱਕ ਪਾਰਟੀ ਨਹੀਂ ਹੁੰਦੀ ਹੈਗੀ, ਗੱਲ ਆਈਡੀਓਲੋਜੀ ਦੀ ਹੈ। ਮੇਰੀ ਜਿਹੜੀ ਆਈਡੀਓਲੋਜੀ ਹੈ ਗਰੀਬਾਂ ਦੇ ਪ੍ਰਤੀ ਹੈ, ਜ਼ਰੂਰਤਮੰਦਾਂ ਦੇ ਪ੍ਰਤੀ ਹੈ। ਜਿਹੜੇ ਮੁੰਡਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਿਹਾ ਸੀਗਾ ਵੀ ਘਰ ਘਰ ਮੈਂ ਨੌਕਰੀ ਦਊਂਗਾ, ਉਹ ਅੱਜ ਉਹ ਮੁੰਡੇ ਅੱਜ ਉਹ ਸਟੂਡੈਂਟਸ ਜਿਹੜੇ ਨੇ ਵਿਹਲੇ ਬੈਠੇ ਨੇ ਘਰਾਂ ਦੇ ਵਿੱਚ। ਇਸ ਕਰਕੇ ਇਹ ਇੱਕ ਆਈਡੀਓਲੋਜੀ ਦੀ ਲੜਾਈ ਹੈ, ਇਹਦੇ ਵਿੱਚ ਇੱਕ ਪਰਿਵਾਰ ਪਾਰਟੀ ਇਹਨੂੰ ਆਪਾਂ ਦਰਕਿਨਾਰ ਕਰਕੇ ਇੱਕ ਆਈਡੀਓਲੋਜੀ ਦੀ ਲੜਾਈ ਨੂੰ ਲੈ ਕੇ ਚੱਲੀਏ ਵੀ ਆਪਣੇ ਪੰਜਾਬ ਦੇ ਵਿੱਚ ਜੋ ਸਿਸਟਮ ਦਾ ਫੇਲੀਅਰ ਹੈ, ਜੋ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਂ ਖਾ ਕੇ ਸਿਸਟਮ ਦਾ ਫੇਲੀਅਰ ਕੀਤਾ, ਬਰਬਾਦ ਕੀਤਾ ਹੈਗਾ ਪੰਜਾਬ ਨੂੰ, ਅਤੇ ਕਿਤੇ ਨਾ ਕਿਤੇ ਮੈਂ ਤੁਹਾਨੂੰ ਇਹ ਵੀ ਦੱਸ ਸਕਦਾ ਹੈਗਾ ਕਿ ਵੀ ਜਿਹੜਾ ਫਰੈਂਡਲੀ ਮੈਚ ਬਾਦਲਾਂ ਦੇ ਨਾਲ ਚੱਲ ਰਿਹਾ ਉਹ ਫਰੈਂਡਲੀ ਮੈਚ ਦਾ ਵੀ ਨਕਸ਼ਾ ਤੋੜਨਾ ਬਹੁਤ ਜ਼ਰੂਰੀ ਹੈ। ਤੁਹਾਡੇ ਫਾਦਰ ਸਾਹਿਬ ਨਾਲ ਤੁਹਾਡੀ ਗੱਲ ਹੋਈ ਕੋਈ ਸ਼ਾਮਲ ਹੋਣ ਤੋਂ ਪਹਿਲਾਂ? ਹਾਂਜੀ, ਤੁਹਾਡੇ ਫਾਦਰ ਸਾਹਿਬ ਨਾਲ ਕੋਈ ਗੱਲ ਹੋਈ ਹੈ ਤੁਹਾਡੀ ਅੱਜ ਪਾਰਟੀ ਸ਼ਾਮਲ ਹੋਣ ਤੋਂ ਪਹਿਲਾਂ? ਮੈਂ ਤੇ ਮੇਰੇ ਫਾਦਰ ਇੱਕ ਹੀ ਘਰ ਦੇ ਵਿੱਚ ਅਸੀਂ ਰਹਿੰਦੇ ਹਾਂ, ਸਾਡੀ ਡਿਨਰ ਤੇ ਰੋਜ਼ ਗੱਲਬਾਤ ਹੁੰਦੀ ਹੈਗੀ ਹੈ, ਠੀਕ ਹੈ ਕਿ ਨਹੀਂ? ਬਸ ਮੇਰਾ ਜੋ ਫੈਸਲਾ ਹੈਗਾ ਉਹ ਮੇਰਾ ਆਪਣਾ ਫੈਸਲਾ ਹੈ। ਬਨੀ ਦੁੱਲੋ ਆਪਣੇ ਕੇਜਰੀਵਾਲ ਸਾਹਿਬ ਦੀਆਂ ਜੋ ਲੋਕ ਹਿੱਤ ਦੀਆਂ ਨੀਤੀਆਂ ਨੇ, ਲੋਕ ਪ੍ਰਤੀ ਨੀਤੀਆਂ ਨੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ ਪੜ੍ਹੇ ਲਿਖੇ ਨੌਜਵਾਨ ਨੇ, ਬਹੁਤ ਵੱਡਾ ਐਕਸਪੋਜ਼ਰ ਹੈ, ਪੋਲੀਟੀਕਲ ਫੈਮਿਲੀ ਨਾਲ ਸੰਬੰਧ ਰੱਖਦੇ ਨੇ। ਔਰ ਪਿਛਲੇ 50 ਸਾਲਾਂ ਤੋਂ ਦੁੱਲੋ ਸਾਹਿਬ ਜਿਸ ਤਰ੍ਹਾਂ ਗਰੀਬ ਦੱਬੇ ਕੁਚਲੇ ਲੋਕਾਂ ਪ੍ਰਤੀ ਆਪਣੀ ਆਵਾਜ਼ ਕਾਂਗਰਸ ਪਾਰਟੀ ਵਿੱਚ ਵੀ ਰਹਿ ਕੇ ਉਠਾਉਂਦੇ ਰਹੇ ਨੇ, ਮੈਂ ਖੁਦ ਕਾਂਗਰਸ ਪਾਰਟੀ 'ਚ ਰਿਹਾ, ਮੈਨੂੰ ਪਤਾ ਕਿ ਉਹਨਾਂ ਦਾ ਕਿਰਤੀ ਲੋਕਾਂ ਪ੍ਰਤੀ, ਇਮਾਨਦਾਰ ਲੋਕਾਂ ਪ੍ਰਤੀ ਕੀ ਰਵੱਈਆ ਹੈ। ਉਹੀ ਸੋਚ ਬਨੀ ਦੁੱਲੋ ਦੇ ਪਰਿਵਾਰ ਦੇ ਵਿੱਚ ਹੈ, ਉਹੀ ਬਨੀ ਦੁੱਲੋ ਸੋਚ ਲੈ ਕੇ ਅੱਜ ਦੇਖ ਰਿਹਾ ਕਿ ਤੁਹਾਡੇ ਸਾਹਮਣੇ ਬੋਲੇ ਵੀ ਨੇ ਇਹ ਕਿ ਕਿਸ ਤਰ੍ਹਾਂ ਕਾਂਗਰਸ ਦੀਆਂ ਨੀਤੀਆਂ ਲੋਕ ਵਿਰੋਧੀ ਨੇ ਔਰ ਕੇਜਰੀਵਾਲ ਸਾਹਿਬ ਦੀਆਂ ਨੀਤੀਆਂ ਲੋਕ ਪ੍ਰਤੀ ਨੇ, ਇਸ ਲਈ ਇਹ ਪਾਰਟੀ 'ਚ ਸ਼ਾਮਲ ਹੋਏ ਨੇ। ਸਰ ਇੱਕ ਜੀ ਟਿਕਟ ਪਾਰਟੀ ਵੱਲੋਂ ਕਾਂਗਰਸ ਸਾਹਿਬ ਜਿਹੜੀ ਅੱਜ ਦੀ ਟਿਕਟ ਕਰਦੇ, ਜਿਹੜੀ ਟਿਕਟ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਬੰਨੀ ਦੁੱਲੋ ਨੂੰ ਹੁਣ ਦਿੱਤੀ ਜਾ ਰਹੀ ਹੈ, ਜਿਹੜੀ ਬੀਬੀ ਹਰਵੰਸ ਕੌਰ ਦੁੱਲੋ ਨੇ ਸੀ? ਸਾਡੇ ਪਾਰਟੀ ਦੇ ਵਿੱਚ ਸਾਰੀਆਂ ਟਿਕਟਾਂ ਦਾ ਫੈਸਲਾ ਸਾਡੇ ਵਲੰਟੀਅਰ ਕਰਦੇ ਨੇ, ਸਾਡੇ ਵਲੰਟੀਅਰ ਸਾਹਿਬ ਸਾਰੇ ਅੱਜ ਇੱਥੇ ਆਏ ਨੇ, ਹੁਣ ਅਸੀਂ ਬੈਠ ਕੇ ਸਾਰਾ ਫੈਸਲਾ ਕਰਕੇ ਹਾਈ ਕਮਾਂਡ ਨੂੰ ਭੇਜਾਂਗੇ, ਕੱਲ ਸਵੇਰੇ 8 ਵਜੇ ਤੱਕ ਸਾਰਾ ਕੁਝ ਡਿਕਲੇਅਰ ਕਰ ਦਾਂਗੇ। ਲੱਗਦਾ ਜੀ ਇਹ ਇਲੈਕਸ਼ਨ ਲੜਨਗੇ ਜੀ? ਬਨੀ ਦੁੱਲੋ ਇਲੈਕਸ਼ਨ ਲੜ ਹੀ ਰਹੇ ਨੇ ਤੁਹਾਡੇ ਸਾਹਮਣੇ? ਨਹੀਂ ਜੀ, ਹੁਣ ਆਪਣੇ ਤੌਰ ਤੇ ਲੜਨਗੇ ਜਾਂ ਫਿਰ ਬੀਬੀ ਹਰਵੰਸ ਕੌਰ ਨੂੰ ਲੜਾਉਣਗੇ? ਇਹ ਤੁਹਾਨੂੰ ਪਾਰਟੀ ਫੈਸਲਾ ਕਰੂਗੀ ਜੀ, ਸਵੇਰੇ 8 ਵਜੇ ਤੱਕ ਡਿਕਲੇਅਰ ਕਰ ਦੂਗੀ ਔਰ ਇਹ ਸਮਝੋ ਕਿ ਬਨੀ ਦੁੱਲੋ ਹੀ ਚੋਣ ਲੜਨਗੇ।